ਅੱਜ ਤਾਂ ਸਾਡੇ ਪੀੜਾ ਦੇ ਜਿਹੜੇ ਚੀਫ ਐਗਜ਼ੀਕਟਿਵ ਨੇ ਰੰਧਾਵਾ ਸਾਹਿਬ, ਇਹਨਾਂ ਨੇ ਜਿਹੜੀ ਹੈਰੀਟੇਜ ਲਾਈਟਸ ਇਹਨਾਂ ਨੂੰ ਕਹਿੰਦਾ ਕਿ ਪੀੜਾ ਵੱਲੋਂ ਇਹ ਡੋਨੇਟ ਕੀਤੀਆਂ ਗਈਆਂ ਨੇ। 5 ਵੱਡੀਆਂ ਲਾਈਟਸ ਨੇ, 1,00,000 ਰੁਪਏ ਦੀ ਇਹ ਲਾਈਟ ਹੈ, ਅਤੇ ਨਾਲ ਇਹਨਾਂ ਦੇ 4 ਛੋਟੀਆਂ ਲਾ ਕੇ, ਕਿਉਂਕਿ ਇਹ ਜਿਹੜਾ ਸੈਂਟਰ ਆ ਡਿਵਾਈਡਰ ਹੈ, ਇਹਨੂੰ ਬਿਊਟੀਫਾਈ ਕਰਨ ਲਈ ਇਹਦੇ ਲਈ ਇਹਨਾਂ ਦੇ ਨਾਲ ਮੈਂ ਆਇਆ ਸੀ। ਨਾਲ ਤੁਸੀਂ ਵੇਖ ਰਹੇ ਹੋ ਅਤੇ ਟੈਂਟ ਸਿਟੀ ਸਾਡੀ ਜਿਹੜੀ, ਇਹਨਾਂ ਨੇ ਕਿਹਾ ਕਿ ਸਾਨੂੰ 31 ਅਕਤੂਬਰ ਨੂੰ ਇਹਨਾਂ ਨੂੰ ਸਾਨੂੰ ਹੈਂਡਓਵਰ ਕਰ ਦੇਣੀ ਆ। ਅਤੇ ਇਹ ਜਿਹੜਾ ਇੱਧਰਲੇ ਸਾਈਡ 'ਤੇ ਪੰਡਾਲ ਜਿਹੜਾ, ਇਹ ਵੀ ਆਲਮੋਸਟ ਅਸੀਂ ਫਾਈਨਲ ਜਿਹੜਾ ਕੋਈ ਇਹਨਾਂ ਨੇ 31 ਕਹੀ ਆ, ਮੈਂ 2 ਤਰੀਕ ਨੂੰ ਲੈ ਕੇ ਚੱਲ ਰਿਹਾ, 2 ਨਵੰਬਰ ਤੱਕ ਇਹ ਸਾਨੂੰ ਹੈਂਡਓਵਰ ਕਰ ਦੇਣਗੇ। ਸਾਡੀਆਂ ਤਿਆਰੀਆਂ ਪੰਡਾਲ ਦੀਆਂ, ਸਾਡੀ ਟੈਂਟ ਸਿਟੀ ਦੀਆਂ ਸਾਰੀਆਂ ਮੁਕੰਮਲ ਨੇ, ਔਰ ਲੈਂਡ ਪੋਰਟ ਅਥਾਰਟੀ ਦੀ ਵੀ ਮੀਟਿੰਗ ਹੋ ਰਹੀ ਹੈ, ਅਤੇ ਉਹ ਵੀ ਆਲਮੋਸਟ ਸਾਡੀ ਜਿਹੜੀ ਆ ਲਾਂਘੇ ਦੀ ਕੋਈ ਵੀ ਕਮੀ ਨਹੀਂ, ਸਾਰੀਆਂ ਤਿਆਰੀਆਂ ਜਿਹੜੀਆਂ ਅਸੀਂ ਕਰਕੇ ਅਤੇ ਤਿਆਰੀ ਬੈਠੀ। ਰੰਧਾਵਾ ਸਾਹਿਬ, ਅਗਰ ਗੱਲ ਕੀਤੀ ਜਾਵੇ ਪੰਡਾਲ ਦੀ ਜਾਂ ਟੈਂਟ ਸਿਟੀ ਦੀ, ਤਾਂ ਕਿੰਨੇ ਸ਼ਰਧਾਲੂਆਂ ਦੇ ਬੈਠਣ ਦੀ ਜਾਂ ਰਹਿਣ ਦੀ ਉੱਥੇ ਸੁਵਿਧਾ? ਇੱਥੇ ਤਾਂ ਕਿਉਂਕਿ ਕੰਮ ਇੱਥੇ ਲੇਟ ਸ਼ੁਰੂ ਹੋਇਆ, ਅਤੇ ਮੇਰੇ ਖਿਆਲ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਕਾਫੀ ਇੰਤਜ਼ਾਮ ਕੀਤਾ। ਹਰ ਪਿੰਡ ਦੇ ਵਿੱਚ ਸਰਪੰਚ ਸਾਹਿਬਾਨ ਅਤੇ ਜਿਹੜੇ ਮੋਹਤਵਰ ਨੇ ਸਾਡੇ ਪਿੰਡਾਂ ਦੇ, ਉਹਨਾਂ ਨੇ ਆਪਣੇ ਆਪਣੇ ਪਿੰਡਾਂ ਦੇ ਟੈਲੀਫੋਨ ਨੰਬਰ ਅਸੀਂ ਕੱਲ੍ਹ ਲਿਖ ਕੇ ਲਾ ਦਾਂਗੇ ਬੋਰਡ 'ਤੇ। ਹਰ ਪਿੰਡ ਦੇ ਵਿੱਚ ਅਸੀਂ ਕੋਈ 1,000 ਸ਼ਰਧਾਲੂ ਦਾ ਠਹਿਰਨ ਦਾ ਪ੍ਰੋਗਰਾਮ ਕੀਤਾ। ਤੋਂ ਸ਼ੁਰੂ ਹੋ ਜਾਣਗੇ, ਕਦ ਤੱਕ ਚੱਲਣਗੇ? ਅਸੀਂ 8 ਤਰੀਕ ਤੋਂ ਇੱਥੇ ਸਟਾਰਟ ਕਰਾਂਗੇ, ਆ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਪੰਡਾਲ ਬਣ ਰਿਹਾ, ਇਹਦੇ 'ਚ ਅਸੀਂ 8 ਤਰੀਕ ਤੋਂ ਜਿਹੜੀ ਇਹਦੀ ਤਿਆਰੀ ਕਰਕੇ ਇਹਨੂੰ ਸਟਾਰਟ ਕਰ ਦਾਂਗੇ। 8 ਤੋਂ ਲੈ ਕੇ 12 ਤਰੀਕ ਤੱਕ ਇੱਥੇ ਸਾਡੇ ਪ੍ਰੋਗਰਾਮ ਨੇ, ਔਰ ਜੇ ਸਾਨੂੰ ਹੋਰ ਵੀ ਕਰਨਾ ਪਿਆ ਤਾਂ 5-7 ਦਿਨ ਹੋਰ ਵਧਾਵਾਂਗੇ। ਪਰ ਇਹ ਜਿਹੜਾ ਟੈਂਟ ਸਿਟੀ ਹੈ, ਇਹ ਸਾਡੀ 15 ਤੋਂ 20 ਤਰੀਕ ਤੱਕ ਇਸੇ ਤਰ੍ਹਾਂ ਹੀ ਰਹੇਗੀ। ਜਿਹੜੀਆਂ 3 ਸਟੇਜਾਂ ਲੱਗ ਰਹੀਆਂ, ਇਹ ਕਿਸ ਤਰੀਕੇ? 3 ਸਟੇਜਾਂ ਜਿਹੜੀਆਂ ਉਹਨੂੰ ਆਪਾਂ ਇੱਕ ਨਹੀਂ ਕਹਿੰਦੇ, ਜਿਹੜੀ ਗੁਰੂ ਸਾਹਿਬ ਦੀ, ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਸੈਂਟਰ 'ਚ ਹੋਣਗੇ, ਇੱਕ ਸਾਈਡ 'ਤੇ ਸੰਤ ਸਾਹਿਬਾਨ ਹੋਣਗੇ, ਇੱਕ 'ਤੇ ਪੋਲੀਟੀਕਲ ਬੰਦੇ ਹੋਣਗੇ। ਪਰ ਮੇਰਾ ਜਿਹੜਾ ਆਪਣਾ ਵਾ ਕਿ ਪ੍ਰਾਈਮ ਮਿਨਿਸਟਰ ਸਾਹਿਬ ਕਰਕੇ ਅਸੀਂ ਤਿਆਰ ਕਰ ਰਹੇ ਹਾਂ, ਅਤੇ ਜਿਹੜੀ ਉਹ ਵੀ ਸਟੇਜ ਹੋ ਗਈ, ਜਿਹੜੇ ਪੋਲੀਟੀਕਲ ਬੰਦੇ ਵੀ ਹੋਣਗੇ ਉਹ ਸਾਰੇ ਥੱਲੇ ਸੰਗਤ ਦੇ ਵਿੱਚ ਬੈਠਣ। ਕੱਲ੍ਹ ਦਾ ਦਿਨ ਵੀ ਅਹਿਮ ਰਹਿਣ ਵਾਲਾ, ਕਿਉਂਕਿ ਕੈਬਨਿਟ ਦੀ ਬੈਠਕ ਵੀ ਰੱਖੀ ਗਈ ਹੈ ਮੁੱਖ ਮੰਤਰੀ ਸਾਹਿਬ ਵੱਲੋਂ, ਮੁੱਖ ਮੰਤਰੀ ਸਾਹਿਬ ਆਪ ਵੀ ਆਉਣਗੇ ਇੱਥੇ। ਤਾਂ ਦੂਸਰਾ ਜਿਹੜਾ ਸਮਝੌਤੇ ਅਤੇ ਕਰਾਰ 'ਤੇ ਸਾਈਨ ਹੋਣੇ ਸੀ, ਉਹ ਵੀ ਦੋਨਾਂ ਦੇਸ਼ਾਂ ਦੇ ਅਧਿਕਾਰੀ ਡੇਰਾ ਬਾਬਾ ਨਾਨਕ ਜੀ ਪਹੁੰਚ ਰਹੇ ਆ, ਕਿੰਨਾ ਕੁ ਵੱਡਾ? ਡੇਰਾ ਬਾਬਾ ਜਿਹੜੀ ਕੱਲ੍ਹ ਆਉਣਾ ਸੀ, CM ਸਾਹਿਬ ਹੁਣ ਇੱਥੇ 30 ਨੂੰ ਆਉਣਗੇ, ਕਿਉਂਕਿ ਉਸ ਦਿਨ ਤੱਕ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਦੇਣੀਆਂ ਨੇ, ਅਤੇ ਤੁਸੀਂ ਉਸ ਦਿਨ ਆਓ ਕਿ ਜਿਹੜੀ ਕੋਈ ਕਮੀ ਪੇਸ਼ੀ 30 ਨੂੰ ਤੁਹਾਡੀ ਲੱਗੇਗੀ। ਕਿ CM ਸਾਹਿਬ ਨੇ ਸਾਰਿਆਂ ਨੂੰ ਸਾਨੂੰ ਬੁਲਾਇਆ ਕਿ 30 ਨੂੰ ਉਹ ਦੇਖਾਂਗੇ, ਤਾਂ ਕਿ 2 ਦਿਨ ਦੇ ਵਿੱਚ ਉਹ ਕਮੀ ਪੇਸ਼ੀ ਵੀ ਪੂਰੀ ਕਰ ਦਿੱਤੀ। ਕੱਲ੍ਹ ਜਿਹੜੀ ਕੈਬਨਿਟ ਦੀ ਬੈਠਕ ਰੱਖੀ ਗਈ ਸੀ, ਕੱਲ੍ਹ ਉਹ ਜਿਹੜੀ ਬਟਾਲੇ ਕੈਬਨਿਟ ਦੀ ਬੈਠਕ ਰੱਖੀ ਆ, ਉਹਦੇ 'ਚ ਬਟਾਲੇ ਬਾਰੇ ਜਿਹੜੀ ਡਿਵੈਲਪਮੈਂਟ ਵਰਕਸ ਨੇ ਜਿਹੜੇ, ਇਹ ਇਕੱਲਾ 12 ਨਵੰਬਰ ਤੱਕ ਨੀਗਾ, 2019 ਤੱਕ ਪ੍ਰੋਗਰਾਮ ਨਹੀਂ ਚੱਲਣੇ ਇਹ ਸਾਡੇ ਜਿਹੜੇ ਆ, 12 ਨਵੰਬਰ 2020 ਤੱਕ ਜਿਹੜਾ ਇਹ ਪ੍ਰੋਗਰਾਮ ਨੇ ਸਾਡੀ ਜਿਹੜੀ ਐਕਚੁਅਲੀ ਜਿਹੜਾ ਪੁਰਾਣਾ ਜੇ ਆਪਾਂ ਸਟਾਰਟ ਜਦੋਂ ਕੀਤਾ ਸੀ ਉਹਦੇ 'ਚ ਇਹ ਸੀ ਕਿ ਸੁਲਤਾਨਪੁਰ ਲੋਧੀ ਜਿਹੜੀ ਉਹ ਸਟਾਰਟ ਹੋਏਗਾ, ਇਹਦੀ ਆਰੰਭਤਾ ਹੋਏਗੀ ਪ੍ਰੋਗਰਾਮਾਂ ਦੀ, ਸਮਾਪਤੀ ਡੇਰਾ ਬਾਬਾ ਨਾਨਕ ਹੋਏਗੀ, ਅਤੇ ਅੱਧ ਦੇ ਵਿੱਚ ਆਣ ਕੇ ਡੇਰਾ ਇਹ ਬਟਾਲੇ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦਾ ਸ਼ਾਦੀ ਹੋਈ ਸੀ ਉਹਦਾ ਜਿਹੜਾ ਸੀ, ਅਤੇ ਹੁਣ ਲਾਂਘਾ ਖੁੱਲ੍ਹਣ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਇਕੱਠੀਆਂ ਦੋਨੋਂ ਚਲਾਉਣੀਆਂ ਪਈਆਂ। ਉਹਦੇ ਨਾਲ ਹੀ ਹੁਣ ਅਸੀਂ ਜਿਹੜੀ ਇਹ ਚੀਜ਼ ਕਰ ਰਹੇ ਹਾਂ ਕਿ ਲਾਂਘੇ ਦੀ ਲਾਂਘਾ ਖੁੱਲ੍ਹਣ ਦੇ ਨਾਲ ਨਾਲ ਜਿਹੜੀ ਸਮਾਪਤੀ ਆ ਉਹ ਅਸੀਂ 2020 'ਚ ਫਿਰ ਡੇਰਾ ਬਾਬਾ ਨਾਨਕ ਇਵੇਂ ਦਾ ਹੀ ਸਮਾਗਮ ਕਰਕੇ ਉਹਨੂੰ ਕੀਤਾ ਜਾਏਗਾ। ਬੈਠਕ ਦਾ ਕੱਲ੍ਹ ਦਾ ਕਿਹੜਾ ਸਮਾਂ ਰਹੇਗਾ ਜੀ? ਕੈਬਨਿਟ 11:30 ਕੱਲ੍ਹ ਕੈਬਨਿਟ ਦੀ ਮੀਟਿੰਗ ਹੋਈ। ਕੱਲ੍ਹ ਕਿਤਾਬ ਕੋਰੀਡੋਰ ਨਹੀਂ ਪਹੁੰਚਣਗੇ? ਕੱਲ੍ਹ ਉਹਨਾਂ ਦੀ ਲੈਂਡਪੋਰਟ ਕਰਕੇ ਕਿ ਉਹਨਾਂ ਦੇ ਵਿੱਚ ਕਰਕੇ CM ਸਾਹਿਬ ਆਉਂਦੇ, ਸਾਰਾ ਕੋਈ ਜਿਹੜੀ ਸੀ ਉਹ ਚੀਜ਼ ਨੂੰ ਕਰਨ ਲਈ ਬਜਾਏ, ਨਾਲ ਹੀ ਉਹਨਾਂ ਨੇ ਇਹਨਾਂ ਨੇ ਕਿਹਾ ਜਿਵੇਂ ਪੰਡਾਲ ਵਾਲਿਆਂ ਅਤੇ ਟੈਂਟ ਸਿਟੀ ਵਾਲਿਆਂ ਕਿਹਾ ਕਿ 30 ਤਰੀਕ ਨੂੰ ਅਸੀਂ ਆਲਮੋਸਟ ਸਾਰੀ ਤਿਆਰੀ ਕਰ ਦੇਣੀ ਹੈ, ਫਾਈਨਲ ਜਿਹੜੀ ਆ ਉਹ ਆਣ ਕੇ ਤੁਸੀਂ ਦੇਖੋ। ਇੱਕ ਸੰਗਤ ਦੇ ਮਨ 'ਚ ਇਹ ਵੀ ਸਵਾਲ ਉੱਠ ਰਿਹਾ ਕਿ $20 ਦੀ ਜਿਹੜੀ ਫੀਸ ਆ, ਯਾਰ ਮੇਰੀ ਗੱਲ ਸੁਣੋ, ਇੱਕ ਮਿੰਟ ਮੇਰੀ, ਮੈਂ ਤੁਹਾਨੂੰ ਮੇਰੀ ਤੇਰੀ ਪਹਿਲੀ ਗੱਲ ਦਾ ਜਵਾਬ ਦੇ ਦਾਂ ਕਿ ਸਰਕਾਰ ਨੂੰ ਤੇ SGPC ਨੂੰ ਮਿਲ ਕੇ ਮਾਫ ਕਰ ਦੇ। ਮੇਰੀ ਗੱਲ ਸੁਣੋ, ਇਹ ਮੇਰਾ ਖਿਆਲ ਹੈ ਕਿ ਇਹ ਜਿੰਨੀ ਵਾਰ ਪੁੱਛਿਆ ਤੂੰ ਹੀ ਮੈਨੂੰ ਸਵਾਲ ਪੁੱਛਿਆ, ਮੇਰੇ ਕੋਲ ਇੰਨਿਆਂ ਲੋਕਾਂ ਨੇ ਇਹਦੇ ਬਾਰੇ ਗੱਲ ਕੀਤੀ ਹੈ ਕਿ ਜੀ ਅਸੀਂ ਕਰਤਾਰਪੁਰ ਸਾਹਿਬ ਕਿਵੇਂ ਅਪਲਾਈ ਕਰਨਾ, ਅਤੇ ਮੈਂ ਜਿੰਨਿਆਂ ਨੂੰ ਪੁੱਛਿਆ ਮੈਂ $20 ਵੀ ਦੇਣੇ ਪੈਣੇ, ਕਹਿੰਦੇ ਜੀ 20 ਨਹੀਂ, ਸਾਨੂੰ ਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ ਆ। ਇਹ ਪੋਲੀਟੀਕਲ ਬੰਦੇ ਅਤੇ ਮੀਡੀਆ ਨੇ ਜ਼ਿਆਦਾ ਹਾਈਪ ਖੜੀ ਕਰ ਦਿੱਤੀ ਹੈ, ਅਤੇ ਮੇਰੇ ਖਿਆਲ ਜਿਹੜੀ ਸੰਗਤ ਜਾਣੀ ਹੈ ਉਹਨਾਂ ਦੇ ਮਨਾਂ 'ਚ ਇਹੋ ਜਿਹੀ ਨਹੀਂ ਗੱਲ। ਦੂਸਰੀ ਚੀਜ਼ ਜਿਹੜੀ ਤੁਸੀਂ ਇਹ ਕਹਿੰਦੇ ਹੋ ਕਿ 70 ਲੱਖ ਰੁਪਈਆ ਪਰ ਡੇ ਬਣਨਾ, ਇਹ ਮੈਂ ਆਪਣੇ ਮਨੋਂ ਕਹਿੰਦਾ, ਮੈਂ ਪੰਜਾਬ ਦੇ ਦੀ ਗੱਲ ਕਰਾਂ ਜੇ, ਅਤੇ ਪੰਜਾਬ ਗੌਰਮੈਂਟ ਕਦੀ ਵੀ 70 ਲੱਖ ਰੁਪਈਆ ਰੋਜ਼ ਦਾ ਨਹੀਂ
ਅਫੋਰਡ ਕਰ ਸਕਦੀ ਕੋਈ ਵੀ ਗੌਰਮੈਂਟ ਹੋਏ। ਇਹਦੇ 'ਚ ਇਹ ਚਾਹੀਦਾ ਕਿ ਜਿਵੇਂ ਗੌਰਮੈਂਟ ਆਫ ਇੰਡੀਆ ਉਹਨਾਂ ਨੇ ਜਿਵੇਂ ਹਜ ਵਾਲਿਆਂ ਨੂੰ ਮੁਸਲਿਮ ਭਰਾਵਾਂ ਲਈ ਸਬਸਿਡਾਈਜ਼ ਕੀਤਾ, ਇਸੇ ਤਰ੍ਹਾਂ ਇਹਨੂੰ SGPC ਨੂੰ ਕਰਨਾ ਚਾਹੀਦਾ। ਪਰ ਉਹ ਕਿਉਂਕਿ SGPC ਜਿੰਨਾ ਕੋਲ ਹੈ ਉਹੀ ਤਾਂ ਮੰਗ ਕਰ ਰਹੇ ਨੇ, ਉਹ ਉੱਧਰ ਨੂੰ ਨਹੀਂ ਤੁਰਦੇ, ਉਹ ਸਰਕਾਰ ਵੱਲ ਨੂੰ ਤੁਰਦੇ ਨੇ। ਉਹਨਾਂ ਦਾ ਕੰਮ ਹੈ ਕਿ ਗੱਲ ਨੂੰ ਠੀਕ ਪਾਸੇ ਨਹੀਂ। ਅੱਜ ਜੇ ਇਹੋ ਹੀ ਸਿੱਖ ਕੌਮ ਦੀ ਗੱਲ ਕਰੀਏ ਜਾਂ ਇਹਦੀ ਗੱਲ ਕਰ ਲੈਂਦੇ ਕਿ 10-15 ਕਰੋੜ ਰੁਪਈਆ ਜਿਹੜਾ ਪੰਡਾਲ 'ਤੇ ਲਾ ਰਹੇ ਨੇ, ਅਤੇ ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਸਰਕਾਰੀ ਪੰਡਾਲ ਆ, ਸਰਕਾਰ ਦਾ ਜਿਹੜਾ ਪੰਡਾਲ ਆ, ਗੌਰਮੈਂਟ ਜਿਹੜੀ ਲੋਕਾਂ ਦੀ ਗੌਰਮੈਂਟ ਆ, ਉਹ ਧਰਮ ਨਿਰਪੱਖ ਗੌਰਮੈਂਟ ਆ, ਉਹਦੇ ਉੱਤੇ ਕੈਪਟਨ ਸਾਹਿਬ ਨੇ ਆਪ ਵੀ ਜਥੇਦਾਰ ਸਾਹਿਬ ਨਾਲ ਟੈਲੀਫੋਨ 'ਤੇ ਗੱਲ ਕੀਤੀ ਕਿ ਉਹ ਜਿਹੜੀ ਸਰਕਾਰ ਦੀ ਸਟੇਜ ਆ ਉਹਦੇ 'ਤੇ ਤੁਸੀਂ ਆ ਕੇ ਆਪ ਉਹਦਾ ਕੰਟਰੋਲ ਕਰੋ, ਔਰ ਜਿਹਨੂੰ ਕਿਸੇ ਨੂੰ ਬਿਠਾਉਣਾ ਉੱਥੇ। ਜਥੇਦਾਰ ਸਾਹਿਬ ਨੂੰ ਮੈਂ ਉਹਨਾਂ ਦੇ ਔਫਿਸ 'ਚ ਬੈਠ ਕੇ ਉਹਨਾਂ ਮੈਨੂੰ ਕਿਹਾ, ਤੁਸੀਂ ਮੇਰੀ ਫੋਟੋ ਵੀ ਵੇਖਣੀ, ਜਦੋਂ ਕੰਨ ਲਾ ਕੇ ਮੈਂ ਸੁਣ ਰਿਹਾ ਤਾਂ ਉਹ ਕਹਿ ਰਹੇ ਨੇ ਕਿ ਜੇ ਬਾਦਲ ਸਾਹਿਬ ਬੈਠਣ, ਮੈਂ ਕਿਹਾ ਸਾਡੇ ਬਜ਼ੁਰਗ ਨੇ ਉਹ ਵੀ ਉੱਥੇ, ਜਿੱਥੇ ਪ੍ਰਾਈਮ ਮਿਨਿਸਟਰ ਸਾਹਿਬ ਬੈਠਣਗੇ, ਜਿੱਥੇ 5 ਬੈਠਣਗੇ ਉੱਥੇ 6ਵੇਂ ਬਾਦਲ ਸਾਹਿਬ ਵੱਡੇ ਵੀ ਬੈਠਣਗੇ, ਕਿਉਂਕਿ ਹੁਣ ਸਾਰੇ ਸਾਡੇ ਬਜ਼ੁਰਗਾਂ ਦੇ ਟਾਈਮ 'ਚ ਨੇ, ਇੱਕੋ ਹੀ ਸਾਡੇ ਕੋਲ ਬਜ਼ੁਰਗ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਉੱਥੇ ਬਿਠਾਉਣਾ ਚਾਹੀਦਾ, ਉਹਨਾਂ ਦਾ ਮਾਨ ਸਤਿਕਾਰ ਵੀ ਹੋਣਾ ਚਾਹੀਦਾ। ਅਤੇ ਇਸ ਦੇ ਬਾਵਜੂਦ ਜੇ ਸਾਰਾ ਕੁਝ ਸਰਕਾਰ ਕਹਿ ਦਿੰਦੀ ਹੈ ਕਿ ਸਾਨੂੰ ਮਨਜ਼ੂਰ ਆ, ਤਾਂ ਉਹਦੇ ਬਾਅਦ ਜਥੇਦਾਰ ਸਾਹਿਬ ਦੀ ਕੀ ਮਜਬੂਰੀ ਆ, ਇਹ ਜਥੇਦਾਰ ਸਾਹਿਬ ਦੱਸ ਸਕਦੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸਾਹਿਬ? ਤਰੀਕ ਸਾਹਮਣੇ ਆਈ ਹੈ ਜਦੋਂ ਜਥਾ ਪਹਿਲਾਂ ਰਵਾਨਾ ਕੀਤਾ ਜਾਏਗਾ? ਅਜੇ ਜਿਹੜੀ ਅਜੇ ਤਾਂ ਸਾਨੂੰ ਜਿਹੜੀ ਪੰਜਾਬ ਗੌਰਮੈਂਟ ਦੇ ਮਿਨਿਸਟਰਾਂ ਨੇ ਜਾਣਾ ਸੀ, MLAs ਨੇ, ਔਫਿਸਰਸ ਨੇ ਜਾਣਾ ਸੀ, ਸਾਨੂੰ ਤਾਂ ਅਜੇ ਉਹਨਾਂ ਨੂੰ ਮਨਜ਼ੂਰੀ ਨਹੀਂ ਕਿ ਮਿਲੀ। ਅਤੇ ਮੈਂ ਇਹਦੇ ਬਾਰੇ ਤੁਹਾਨੂੰ ਕੀ ਦੱਸ ਦਾਂਗਾ, ਸਾਨੂੰ 3 ਮਹੀਨੇ ਹੋ ਗਏ ਗੌਰਮੈਂਟ ਆਫ ਇੰਡੀਆ ਕੋਲੋਂ ਪਾਕਿਸਤਾਨ ਜਾਣ ਦੀ ਮਨਜ਼ੂਰੀ ਮੰਗ ਰਹੇ ਹਾਂ, ਅਤੇ ਸਾਨੂੰ ਉਹਨਾਂ ਨੇ ਨਹੀਂ ਦਿੱਤੀ। ਇਹ ਗੌਰਮੈਂਟ ਆਫ ਇੰਡੀਆ ਜਿਹੜੀ ਆ ਇਹ ਦੱਸ ਸਕਦੀ ਹੈ ਕਿ ਕੱਲ੍ਹ ਜਿਹੜੇ ਆਉਣੇ ਉਹਨਾਂ ਨੂੰ ਪੁੱਛਿਓ ਤੁਸੀਂ, ਮੈਂ ਤਾਂ ਪੰਜਾਬ ਗੌਰਮੈਂਟ ਦੀ ਕੋਈ ਤੁਹਾਨੂੰ ਗੱਲ ਦਾ ਜਵਾਬ ਦੇ ਸਕਦਾ। ਇੱਕ ਜ਼ਰੂਰ ਹੈ ਕਿ ਜਿਹੜੇ ਪਾਸਪੋਰਟ ਔਫਿਸਰ ਨੇ, ਰੀਜਨਲ ਪਾਸਪੋਰਟ ਔਫਿਸ ਜਲੰਧਰ ਵਾਲੇ, ਉਹਨਾਂ ਦਾ ਮੈਨੂੰ ਅੱਜ ਟੈਲੀਫੋਨ ਆਇਆ ਸੀ ਕਿ ਇੱਕ ਸਾਨੂੰ ਕੋਈ ਜਿਹੜੀ ਸਰਕਾਰ ਲਈ ਥਾਂ ਵਾ ਉਹਨੂੰ ਪੋਸਟ ਔਫਿਸ ਦੇ ਨਾਂ ਉਹਦਾ ਰਜਿਸਟਰੀ ਕਰ ਦਿਉ, ਕਿ ਜਿਹੜੀ ਹੈਗੀ ਹੈ ਓਨਰਸ਼ਿਪ ਉਹਦੇ ਨਾਂ ਕਰ ਦਿਉ, ਅਤੇ ਅਸੀਂ ਪਾਸਪੋਰਟ ਔਫਿਸ ਜਿਹੜਾ ਉੱਥੇ ਖੋਲ੍ਹਣਾ ਚਾਹੁੰਦੇ ਹਾਂ। ਉਹ ਮੈਂ ਹੁਣ ਦੇਖਿਆ ਕਿ ਡੇਰਾ ਬਾਬਾ ਨਾਨਕ 'ਤੇ ਮੈਨੂੰ ਇਹੋ ਜਿਹੀ ਕੋਈ ਬਿਲਡਿੰਗ ਨਹੀਂ ਮਿਲੀ ਜਿਹੜੀ ਇਮੀਡੀਏਟਲੀ ਟ੍ਰਾਂਸਫਰ ਕੀਤੀ ਜਾ ਸਕੇ। ਕਲਾਨੌਰ ਦੇ ਵਿੱਚ ਸਾਡੇ ਕੋਲ ਕਾਫੀ ਬਿਲਡਿੰਗਸ ਪਈਆਂ ਨੇ ਜਿਹੜੀਆਂ ਅਸੀਂ ਕਰਾਂਗੇ, ਅਤੇ ਇਹ ਵੀ ਇਹ ਹੁਣ ਸੋਚਿਆ ਜਾਏਗਾ ਕਿ ਇਹਨਾਂ ਨੂੰ ਦੇਖਦਾ ਕਿ ਲੋਕਾਂ ਨੂੰ ਕਿੱਥੇ ਠੀਕ ਰਹੇਗਾ ਪਾਸਪੋਰਟ ਅਪਲਾਈ ਕਰਨਾ। ਕਲਾਨੌਰ ਵੈਸੇ ਤਾਂ ਡਿਸਟੈਂਸ ਕੋਈ ਬਹੁਤਾ ਜ਼ਿਆਦਾ ਨਹੀਂ, ਕਲਾਨੌਰ ਵੀ ਅਪਲਾਈ ਕੀਤਾ ਜਾ ਸਕਦਾ। ਇਹ ਹੁਣ ਅਸੀਂ ਬੈਠ ਕੇ ਡਿਸਾਈਡ ਕਰਾਂਗੇ ਕਿੱਥੇ ਕਰੀਏ।